ਕੀ ਤੁਸੀਂ ਜਾਣਦੇ ਹੋ ਭਾਰਤ ਵਿੱਚ ਸੋਇਆਬੀਨ ਦਾ ਉਤਪਾਦਨ ਸਭ ਤੋਂ ਵੱਧ ਕਿਸ ਰਾਜ ਵਿੱਚ ਹੁੰਦਾ ਹੈ? ਕੀ ਤੁਸੀਂ ਜਾਣਦੇ ਹੋ ਭਾਰਤ ਵਿੱਚ ਦਾਲ ਦਾ ਉਤਪਾਦਨ ਸਭ ਤੋਂ ਵੱਧ ਕਿੱਥੇ ਹੁੰਦਾ ਹੈ? ਕੀ ਤੁਸੀਂ ਜਾਣਦੇ ਹੋ ਭਾਰਤ ਵਿੱਚ ਗੰਨੇ ਦਾ ਉਤਪਾਦਨ ਸਭ ਤੋਂ ਵੱਧ ਕਿੱਥੇ ਹੁੰਦਾ ਹੈ? ਅਗਰ ਨਹੀਂ ਤਾਂ ਮੇਰੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਅਤੇ ਅਖੀਰ ਤੱਕ ਜ਼ਰੂਰ ਦੇਖਣਾ। ਅੱਜ ਮੈਂ ਲੈ ਕੇ ਹਾਜ਼ਰ ਹੋਈ ਹਾਂ ਜੀਕੇ ਨਾਲ ਜੁੜੇ ਕੁਝ ਸਵਾਲ, ਜਿਨ੍ਹਾਂ ਸਵਾਲਾਂ ਦੇ ਜਵਾਬ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਦੇ ਰਾਹੀਂ ਦੇ ਸਕਦੇ ਹੋ। ਸੋ ਬਿਨਾਂ ਦੇਰੀ ਕੀਤੇ ਸ਼ੁਰੂ ਕਰ ਦਿਆਂਗੇ ਅੱਜ ਦੀ ਇਸ ਵੀਡੀਓ ਨੂੰ ਸਵਾਲ ਨੰਬਰ 1 ਤੋਂ। ਸਵਾਲ ਨੰਬਰ 1, ਸਭ ਨਾਲ ਪਹਿਲਾ ਸਵਾਲ ਹੈ ਜੀ, ਭਾਰਤ ਵਿੱਚ ਸਭ ਤੋਂ ਵੱਧ ਮੂੰਗਫਲੀ ਦਾ ਉਤਪਾਦਨ ਕਿੱਥੇ ਹੁੰਦਾ ਹੈ? ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਅਤੇ ਜਲਦੀ ਤੋਂ ਜਲਦੀ ਕਮੈਂਟ ਰਾਹੀਂ ਦਿਓ ਇਸ ਸਵਾਲ ਦਾ ਸਹੀ ਜਵਾਬ। ਬਹੁਤ ਸਾਰੇ ਵੀਰ ਭੈਣ ਕਹਿੰਦੇ ਹਨ ਕਿ ਤੁਸੀਂ ਜਵਾਬ ਬਹੁਤ ਜਲਦੀ ਦਿੰਦੇ ਹੋ ਅਤੇ ਸਾਨੂੰ ਆਨਸਰ ਟਾਈਪ ਕਰਨ ਵਿੱਚ ਟਾਈਮ ਲੱਗਦਾ। ਸੋ ਉਹਨਾਂ ਨੂੰ ਰਿਕੁਐਸਟ ਹੈ ਕਿ ਵੀਡੀਓ ਨੂੰ ਪਾਊਚ ਕਰਕੇ ਵੀ ਇਸ ਸਵਾਲ ਦਾ ਜਵਾਬ ਦੇ ਸਕਦੇ ਹਨ। ਤਾਂ ਇਸ ਸਵਾਲ ਦਾ ਸਹੀ ਜਵਾਬ ਹੈ ਜੀ, ਭਾਰਤ ਵਿੱਚ ਸਭ ਤੋਂ ਵੱਧ ਮੂੰਗਫਲੀ ਦਾ ਉਤਪਾਦਨ ਗੁਜਰਾਤ ਰਾਜ ਵਿੱਚ ਹੁੰਦਾ ਹੈ। ਆਓ ਜੀ ਵੱਧਦੇ ਹਾਂ ਅਗਲੇ ਸਵਾਲ ਵੱਲ। ਸੋ ਆਪਣਾ ਦੂਸਰਾ ਸਵਾਲ ਹੈ ਜੀ, ਭਾਰਤ ਵਿੱਚ ਸੋਇਆਬੀਨ ਦਾ ਉਤਪਾਦਨ ਸਭ ਤੋਂ ਵੱਧ ਕਿਸ ਰਾਜ ਵਿੱਚ ਹੁੰਦਾ ਹੈ? ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਅਤੇ ਜਲਦੀ ਤੋਂ ਜਲਦੀ ਕਮੈਂਟ ਰਾਹੀਂ ਦਿਓ ਇਸ ਸਵਾਲ ਦਾ ਸਹੀ ਜਵਾਬ। ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ, ਭਾਰਤ ਵਿੱਚ ਸੋਇਆਬੀਨ ਦਾ ਉਤਪਾਦਨ ਸਭ ਤੋਂ ਵੱਧ ਮੱਧ ਪ੍ਰਦੇਸ਼ ਰਾਜ ਵਿੱਚ ਹੁੰਦਾ ਹੈ। ਸੋ ਇਸੇ ਤਰ੍ਹਾਂ ਵੱਧਦੇ ਹਾਂ ਜੀ ਆਪਣੇ ਅਗਲੇ ਸਵਾਲ ਵੱਲ, ਸਵਾਲ ਨੰਬਰ 3। ਸੋ ਆਪਣਾ ਤੀਸਰਾ ਸਵਾਲ ਹੈ ਜੀ, ਭਾਰਤ ਵਿੱਚ ਕਾਜੂ ਦਾ ਉਤਪਾਦਨ ਸਭ ਤੋਂ ਵੱਧ ਕਿਸ ਰਾਜ ਵਿੱਚ ਹੁੰਦਾ ਹੈ? ਅਗਰ ਤੁਹਾਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਤਾਂ ਕਮੈਂਟ ਕਰੋ, ਅਗਰ ਨਹੀਂ ਤਾਂ ਕੁਝ ਸੈਕਿੰਡ ਵੇਟ ਕਰੋ, ਮੈਂ ਜਲਦੀ ਤੁਹਾਨੂੰ ਇਸ ਦਾ ਸਹੀ ਜਵਾਬ ਦੇਵਾਂਗੀ। ਸੋ ਹੁਣ ਜਾਣਦੇ ਹਾਂ ਇਸ ਸਵਾਲ ਦਾ ਸਹੀ ਜਵਾਬ। ਇਸ ਸਵਾਲ ਦਾ ਸਹੀ ਜਵਾਬ ਹੈ ਜੀ, ਭਾਰਤ ਵਿੱਚ ਸਭ ਤੋਂ ਵੱਧ ਕਾਜੂ ਦਾ ਉਤਪਾਦਨ ਮਹਾਰਾਸ਼ਟਰ ਰਾਜ ਵਿੱਚ ਹੁੰਦਾ ਹੈ। ਵੱਧਦੇ ਹਾਂ ਜੀ ਅਗਲੇ ਸਵਾਲ ਵੱਲ, ਸਵਾਲ ਨੰਬਰ 4। ਸੋ ਆਪਣਾ ਚੌਥਾ ਸਵਾਲ ਹੈ ਜੀ, ਭਾਰਤ ਵਿੱਚ ਸਭ ਤੋਂ ਵੱਧ ਦਾਲ ਦਾ ਉਤਪਾਦਨ ਕਿਸ ਰਾਜ ਵਿੱਚ ਹੁੰਦਾ ਹੈ? ਅਗਰ ਤੁਹਾਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਤਾਂ ਜਲਦੀ ਤੋਂ ਜਲਦੀ ਕਮੈਂਟ ਕਰੋ, ਅਗਰ ਨਹੀਂ ਤਾਂ ਕੁਝ ਸੈਕਿੰਡ ਵੇਟ ਕਰੋ, ਮੈਂ ਜਲਦੀ ਤੁਹਾਨੂੰ ਇਸ ਦਾ ਸਹੀ ਜਵਾਬ ਦੇਵਾਂਗੀ। ਕਿਤੇ ਵੀ ਜਾ ਕੇ ਗੂਗਲ 'ਤੇ ਸਰਚ ਕਰਨ ਦੀ ਲੋੜ ਨਹੀਂ ਹੈਗੀ, ਥੋੜ੍ਹਾ ਟਾਈਮ ਵੇਟ ਕਰੋ, ਮੈਂ ਜਲਦੀ ਤੁਹਾਨੂੰ ਇਸ ਦਾ ਸਹੀ ਜਵਾਬ ਦੇਵਾਂਗੀ। ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ, ਭਾਰਤ ਵਿੱਚ ਸਭ ਤੋਂ ਵੱਧ ਦਾਲ ਦਾ ਉਤਪਾਦਨ ਮੱਧ ਪ੍ਰਦੇਸ਼ ਰਾਜ ਵਿੱਚ ਹੁੰਦਾ ਹੈ। ਵੱਧਦੇ ਹਾਂ ਅਗਲੇ ਸਵਾਲ ਵੱਲ, ਸਵਾਲ ਨੰਬਰ 5। ਸੋ ਆਪਣਾ ਪੰਜਵਾਂ ਸਵਾਲ ਹੈ ਜੀ, ਭਾਰਤ ਵਿੱਚ ਕੇਸਰ ਦਾ ਉਤਪਾਦਨ ਸਭ ਤੋਂ ਵੱਧ ਕਿਸ ਰਾਜ ਵਿੱਚ ਹੁੰਦਾ ਹੈ? ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਅਤੇ ਜਲਦੀ ਤੋਂ ਜਲਦੀ ਕਮੈਂਟ ਰਾਹੀਂ ਦਿਓ ਇਸ ਸਵਾਲ ਦਾ ਸਹੀ ਜਵਾਬ। ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ, ਭਾਰਤ ਵਿੱਚ ਕੇਸਰ ਦਾ ਉਤਪਾਦਨ ਸਭ ਤੋਂ ਵੱਧ ਜੰਮੂ ਕਸ਼ਮੀਰ ਰਾਜ ਵਿੱਚ ਹੁੰਦਾ ਹੈ। ਵੱਧਦੇ ਹਾਂ ਅਗਲੇ ਸਵਾਲ ਵੱਲ, ਸਵਾਲ ਨੰਬਰ 6। ਸੋ ਆਪਣਾ ਛੇਵਾਂ ਸਵਾਲ ਹੈ ਜੀ, ਬੜੇ ਹੀ ਧਿਆਨ ਨਾਲ ਸੁਣਿਓ, ਭਾਰਤ ਵਿੱਚ ਸਭ ਤੋਂ ਵੱਧ ਚਾਹ ਦਾ ਉਤਪਾਦਨ ਕਿਸ ਰਾਜ ਵਿੱਚ ਹੁੰਦਾ ਹੈ? ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਅਤੇ ਜਲਦੀ ਤੋਂ ਜਲਦੀ ਕਮੈਂਟ ਰਾਹੀਂ ਦਿਓ ਇਸ ਸਵਾਲ ਦਾ ਸਹੀ ਜਵਾਬ। ਜਿਹੜੇ ਜਿਹੜੇ ਵੀਰ ਭੈਣ ਚਾਹ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇਗੇ, ਡਾਕਟਰ ਦੇ ਕਹਿਣ ਦੇ ਬਾਵਜੂਦ ਵੀ ਚਾਹ ਨੂੰ ਬੰਦ ਨਹੀਂ ਕਰਦੇ, ਉਹਨਾਂ ਨੂੰ ਤਾਂ ਇਸ ਸਵਾਲ ਦਾ ਸਹੀ ਜਵਾਬ ਪਤਾ ਹੋਣਾ ਬਹੁਤ ਜ਼ਰੂਰੀ ਹੈ, ਅਤੇ ਹੁਣ ਤੱਕ ਉਹਨਾਂ ਨੇ ਕਮੈਂਟ ਵੀ ਕਰ ਦਿੱਤਾ ਹੋਊਗਾ, ਅਤੇ ਚਾਹ ਕਿਹਦੀ ਕਿਹਦੀ ਫੇਵਰੇਟ ਆ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ, ਭਾਰਤ ਵਿੱਚ ਸਭ ਤੋਂ ਵੱਧ ਚਾਹ ਦਾ ਉਤਪਾਦਨ ਅਸਾਮ ਰਾਜ ਵਿੱਚ ਹੁੰਦਾ ਹੈ। ਸਵਾਲ ਨੰਬਰ 7। ਸੋ ਆਪਣਾ ਸੱਤਵਾਂ ਸਵਾਲ ਹੈ ਜੀ, ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਵੱਧ ਗੰਨੇ ਦਾ ਉਤਪਾਦਨ ਹੁੰਦਾ ਹੈ? ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਅਤੇ ਜਲਦੀ ਤੋਂ ਜਲਦੀ ਕਮੈਂਟ ਰਾਹੀਂ ਦਿਓ ਇਸ ਸਵਾਲ ਦਾ ਸਹੀ ਜਵਾਬ। ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ, ਉੱਤਰ ਪ੍ਰਦੇਸ਼। ਵੱਧਦੇ ਹਾਂ ਅਗਲੇ ਸਵਾਲ ਵੱਲ, ਸਵਾਲ ਨੰਬਰ 8। ਸੋ ਆਪਣਾ ਅੱਠਵਾਂ ਸਵਾਲ ਹੈ ਜੀ, ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਵੱਧ ਕੇਲੇ ਦਾ ਉਤਪਾਦਨ ਹੁੰਦਾ ਹੈ? ਹਾਂਜੀ ਕੇਲੇ ਦਾ, ਜਿਹਨੂੰ ਜਿਹਨੂੰ ਕੇਲੇ ਪਸੰਦ ਨੇ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜਿਹੜਾ ਰੋਜ਼ ਰੋਜ਼ ਬਨਾਨਾ ਸ਼ੇਕ ਪੀਂਦਾ ਉਹ ਵੀ ਕਮੈਂਟ ਜ਼ਰੂਰ ਕਰਿਓ,
ਸੋ ਅਗਰ ਤੁਹਾਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਤਾਂ ਜਲਦੀ ਤੋਂ ਜਲਦੀ ਕਮੈਂਟ ਕਰੋ, ਅਗਰ ਨਹੀਂ ਤਾਂ ਕੁਛ ਸੈਕਿੰਡ ਵੇਟ ਕਰੋ, ਮੈਂ ਜਲਦੀ ਤੁਹਾਨੂੰ ਇਸਦਾ ਸਹੀ ਜਵਾਬ ਦੇਵਾਂਗੀ। ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ, ਭਾਰਤ ਵਿੱਚ ਸਭ ਤੋਂ ਵੱਧ ਕੇਲੇ ਦਾ ਉਤਪਾਦਨ ਤਾਮਿਲਨਾਡੂ ਰਾਜ ਵਿੱਚ ਹੁੰਦਾ ਹੈ। ਆਓ ਜੀ ਹੁਣ ਵੱਧਦੇ ਹਾਂ ਅਗਲੇ ਸਵਾਲ ਵੱਲ, ਸਵਾਲ ਨੰਬਰ 9। ਸੋ ਆਪਣਾ 9ਵਾਂ ਸਵਾਲ ਹੈ ਜੀ, ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਵੱਧ ਪਿਆਜ਼ ਦਾ ਉਤਪਾਦਨ ਹੁੰਦਾ ਹੈ? ਪਿਆਜ਼ ਜਿਸ ਨੂੰ ਕਿ ਆਪਾਂ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਰੋਜ਼ ਯੂਜ਼ ਕਰਦੇ ਹਾਂ, ਅਤੇ ਜਿਹੜੇ ਇਹ ਯੂਜ਼ ਕਰਦੇ ਨੇ ਉਹ ਰੋਜ਼ ਰੋਂਦੇ ਵੀ ਨੇਗੇ। ਕਿਸੇ ਕਿਸੇ ਨੂੰ ਪਿਆਜ਼ ਬਹੁਤ ਪਸੰਦ ਆ, ਕਿਸੇ ਨੂੰ ਸਲਾਦ ਵਿੱਚ ਪਸੰਦ ਆ, ਕਿਸੇ ਨੂੰ ਪਿਆਜ਼ ਦੀ ਸਬਜ਼ੀ ਪਸੰਦ ਆ। ਸੋ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਸ ਕਿਸ ਨੂੰ ਪਿਆਜ਼ ਬਹੁਤ ਜ਼ਿਆਦਾ ਪਸੰਦ ਆ। ਉਸ ਤੋਂ ਪਹਿਲਾਂ ਇਹ ਕਮੈਂਟ ਕਰਿਓ ਕਿ ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਵੱਧ ਪਿਆਜ਼ ਦਾ ਉਤਪਾਦਨ ਹੁੰਦਾ ਹੈ? ਸੋ ਅਗਰ ਨਹੀਂ ਪਤਾ ਤਾਂ ਮੈਂ ਤੁਹਾਨੂੰ ਇਸਦਾ ਸਹੀ ਜਵਾਬ ਦੱਸ ਦੇਵਾਂ, ਉਸ ਰਾਜ ਦਾ ਨਾਮ ਹੈ ਜੀ ਮਹਾਰਾਸ਼ਟਰ ਰਾਜ। ਹੁਣ ਵੱਧਦੇ ਹਾਂ ਜੀ ਆਪਣੇ ਅਗਲੇ ਸਵਾਲ ਵੱਲ ਔਰ ਆਖਰੀ ਸਵਾਲ ਵੱਲ। ਸੋ ਆਪਣਾ ਅਗਲਾ ਅਤੇ ਆਖਰੀ ਔਰ 10ਵਾਂ ਸਵਾਲ ਹੈ ਜੀ, ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਵੱਧ ਕਾਲੀ ਮਿਰਚ ਦਾ ਉਤਪਾਦਨ ਹੁੰਦਾ ਹੈ? ਹਾਂਜੀ ਬਿਲਕੁਲ ਸਹੀ, ਕਾਲੀ ਮਿਰਚ ਜਿਸ ਨੂੰ ਕਿ ਬਹੁਤ ਸਾਰੇ ਲੋਕ ਡੇਲੀ ਦਹੀਂ ਵਿੱਚ ਪਾ ਕੇ ਜਾਂ ਫਿਰ ਉੱਦਾਂ ਖਾਂਦੇ ਵੀ ਨੇਗੇ। ਸੋ ਤੁਹਾਨੂੰ ਉਹ ਕਮੈਂਟ ਕਰਕੇ ਦੱਸਣਾ ਕਿ ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਵੱਧ ਕਾਲੀ ਮਿਰਚ ਦਾ ਉਤਪਾਦਨ ਹੁੰਦਾ ਹੈ। ਅਗਰ ਤੁਹਾਨੂੰ ਇਸਦਾ ਜਵਾਬ ਨਹੀਂ ਪਤਾ ਤਾਂ ਕੁਛ ਸੈਕਿੰਡ ਵੇਟ ਕਰੋ, ਮੈਂ ਜਲਦੀ ਤੁਹਾਨੂੰ ਇਸਦਾ ਸਹੀ ਜਵਾਬ ਦੇਵਾਂਗੀ। ਨੈੱਟ 'ਤੇ ਜਾ ਕੇ ਸਰਚ ਨਹੀਂ ਕਰਨਾ, ਬਸ ਥੋੜ੍ਹਾ ਟਾਈਮ ਕੀ ਮੈਂ ਤੁਹਾਨੂੰ ਸਹੀ ਜਵਾਬ ਦੇ ਹੀ ਦਿੰਦੀ ਹਾਂ। ਸੋ ਇਸਦਾ ਸਹੀ ਜਵਾਬ ਹੈ ਜੀ ਕੇਰਲ। ਭਾਰਤ ਦੇ ਕੇਰਲ ਰਾਜ ਵਿੱਚ ਸਭ ਤੋਂ ਵੱਧ ਕਾਲੀ ਮਿਰਚ ਦਾ ਉਤਪਾਦਨ ਹੁੰਦਾ ਹੈ। ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਅਗਰ ਤੁਹਾਨੂੰ ਮੇਰੀ ਦਿੱਤੀ ਜਾਣਕਾਰੀ ਵਧੀਆ ਲੱਗੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ। ਅਗਰ ਕੋਈ ਕਮੀ ਪੇਸ਼ੀ ਲੱਗੇ ਤਾਂ ਕਮੈਂਟ ਕਰਕੇ ਜ਼ਰੂਰ ਮੇਰੇ ਧਿਆਨ ਵਿੱਚ ਲਿਆਉਣਾ ਤਾਂ ਕਿ ਮੈਂ ਅਗਲੀ ਵੀਡੀਓ ਵਿੱਚ ਉਸਦਾ ਸੁਧਾਰ ਕਰ ਸਕਾਂ। ਸੋ ਮੈਂ ਆਪ ਜੀ ਨਾਲ ਜਿੰਨੀ ਵੀ ਜਾਣਕਾਰੀ ਸਾਂਝੀ ਕੀਤੀ ਹੈ ਇਹ ਸਾਰੀ ਇੰਟਰਨੈਟ 'ਤੇ ਕੀਤੀ ਰਿਸਰਚ ਦੇ ਮੁਤਾਬਿਕ ਹੈ। ਅਗਰ ਕੁਛ ਰਹਿ ਗਿਆ ਹੋਵੇ ਜਾਂ ਕੁਛ ਗਲਤ ਹੋ ਗਿਆ ਹੋਵੇ ਤਾਂ ਉਹ ਵੀ ਜ਼ਰੂਰ ਕਮੈਂਟ ਕਰਨਾ। ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਮਿਲਾਂਗੇ ਜੀ ਅਗਲੀ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਨਾਲ। ਅਗਰ ਤੁਹਾਡੇ ਕੋਲ ਕੋਈ ਵੀ ਜਾਣਕਾਰੀ ਹੈ ਜਾਂ ਜਨਰਲ ਨੌਲੇਜ ਦਾ ਕੁਐਸਚਨ ਹੈ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਨਾ ਤਾਂ ਕਿ ਮੈਂ ਉਸਨੂੰ ਆਪਣੀ ਅਗਲੀ ਵੀਡੀਓ ਵਿੱਚ ਐਡ ਕਰ ਸਕਾਂ। ਕਮੈਂਟ ਦੇ ਨਾਲ ਨਾਲ ਆਪਣਾ ਨਾਮ ਅਤੇ ਆਪਣੇ ਪਿੰਡ ਦਾ ਨਾਮ ਲਿਖਣਾ ਬਿਲਕੁਲ ਵੀ ਨਾ ਭੁੱਲਣਾ। ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਮਿਲਾਂਗੇ ਜੀ ਨੈਕਸਟ ਵੀਡੀਓ ਵਿੱਚ। ਬਾਏ ਬਾਏ।